ਪਹਿਲੋਂ ਤੋਂ ਸ਼ੁਰੂਆਤ ਹੈ ਜਾਂ ਹੁਣ ਤੋਂ ਨਿਊ ਸ਼ੁਰੂਆਤ ਹੋਈ ਆ ਤੇ ਇਹਦੇ ਕੀ ਕੀ ਫਾਇਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਟ ਗ੍ਰਾਫ ਦੀ ਸ਼ੁਰੂਆਤ ਜਿਹੜੀ ਹੈ ਬਾਬਾ ਹਰਜੀਤ ਸਿੰਘ ਜੀ ਵੱਲੋਂ ਕਾਫੀ ਦੇਰ ਤੋਂ ਕੀਤੀ ਗਈ ਹੈ। ਕੁਝ ਕੁ ਲਾਸਟ ਟਾਈਮ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਦੀ ਮਹਾਂਮਾਰੀ ਕਰਕੇ ਸਾਰਿਆਂ ਦਾ ਇਕੱਠ ਨਾ ਹੋਣ ਕਰ ਨਾ ਕਰਨ ਕਰਕੇ ਇਹ ਜਿਹੜਾ ਕੁਝ ਸਮੇਂ ਲਈ ਪ੍ਰੋਗਰਾਮ ਰੱਖਿਆ ਗਿਆ ਸੀਗਾ। ਹੁਣ ਇਹ ਦੁਬਾਰਾ ਬਾਬਾ ਜੀ ਨੇ ਅੱਜ ਇਹਨਾਂ ਦੀ ਸ਼ੁਰੂਆਤ ਕੀਤੀ ਹੈ ਔਰ ਉਹ ਵੀ ਸ਼ੁਰੂਆਤ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਕਿ ਜੋ ਵੀ ਇਹਨਾਂ ਦੇ ਕੋਲ ਇਹ ਜਿਹੜੇ ਮਰੀਜ਼ ਜਿਸ ਵੀ ਭਾਵਨਾ ਦੇ ਨਾਲ ਇਹ ਵੀਟ ਗ੍ਰਾਸ ਲੈਣ ਆਉਣ, ਉਹ ਭਾਵਨਾ ਇਹਨਾਂ ਦੀ ਵਾਹਿਗੁਰੂ ਪੂਰੀ ਕਰਨ। ਵੀਟ ਗ੍ਰਾਸ ਤਾਂ ਹੈ ਹੀ ਹੈ, ਇੱਕ ਚੰਗੀ ਚੀਜ਼ ਹੈ, ਪਰ ਜਿਹੜੀ ਇਹਨਾਂ ਦੀ ਸੋਚਣ ਸ਼ਕਤੀ ਵਾਹਿਗੁਰੂ ਜੀ ਦਾ ਆਸਰਾ ਲੈ ਕੇ ਜਾਂ ਆਸ਼ੀਰਵਾਦ ਲੈ ਕੇ ਜਿਹੜੀ ਸ਼ੁਰੂਆਤ ਕਰਦੇ ਆ ਉਹਦਾ ਅਸਰ ਮੈਂ ਸਮਝਦਾ ਕਿ ਡਬਲ ਹੈ। ਤੋ ਬਾਕੀ ਜਿਹੜੀ ਇਹਨਾਂ ਦੇ ਫਾਇਦੇ ਆ, ਕਾਫੀ ਕੁਝ ਲਿਖਿਆ ਜਿੱਦਾਂ ਹੁਣ ਲੋਹਾ, ਕੈਲਸ਼ੀਅਮ, ਮੈਗਨੀਸ਼ੀਅਮ, ਜਿਹੜੇ ਕੈਂਸਰ ਦੇ ਪੇਸ਼ੈਂਟ ਆ ਉਹ ਵੀ ਇਹਨਾਂ ਕੋਲ ਕਾਫੀ ਠੀਕ ਹੋਏ ਆ। ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਉਹ ਵੀ ਇਹਨਾਂ ਦੇ ਕੋਲ ਆਣ ਕੇ ਇਹ ਪੀਂਦੇ ਆ ਔਰ ਲਾਹਾ ਉਹਨਾਂ ਦਾ ਲਿਆ। ਇਹ ਕਰੋਨਾ ਨੂੰ ਵੀ ਮਾਤ ਕਰਦੀ ਹੈ ਜਾਂ ਕਾਟ ਕਰਦੀ ਹੈ ਕਰੋਨਾ ਵਰਗੀ ਬਿਮਾਰੀ ਨੂੰ? ਦੇਖੋ, ਇਮਿਊਨ ਸਿਸਟਮ ਜਦੋਂ ਠੀਕ ਹੋ ਜਾਏਗਾ ਤਾਂ ਕਰੋਨਾ ਜਿਹੜਾ ਐਟੋਮੈਟਿਕ ਖਤਮ ਹੋ ਜਾਏਗਾ। ਇਹ ਸਾਰਿਆਂ ਨੂੰ ਪਤਾ ਕਿ ਜੀ ਮੈਸੇਜ ਤੁਹਾਡਾ ਹੋ ਸਰਗਰ ਜੀ, ਮੈਂ ਕੁਝ ਇਹਦੇ ਬਾਰੇ ਕੋਈ ਕਮੈਂਟ ਨਹੀਂ ਜ਼ਿਆਦਾ ਕਰਦਾ। ਹਾਂਜੀ ਬਾਬਾ, ਜਿਹੜੀ ਵੀਟ ਗ੍ਰਾਸ ਆ ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਵੀ ਇਹਦੇ ਕੀ ਫਾਇਦੇ ਆਪਾਂ ਨੂੰ, ਕਿਹੜੀ ਕਿਹੜੀ ਬਿਮਾਰੀ ਦੇ ਕਾਟ ਕਰਦੀ ਹੈ, ਅਤੇ ਇਹ ਆਪਣਾ ਜਿਹੜਾ ਕਿੰਨੇ ਸਮੇਂ ਤੱਕ ਪਲਾਈ ਜਾਣੀ ਹੈ ਜਾਂ ਹੁਣ ਇਹਦੀ ਸ਼ੁਰੂਆਤ ਡੇਲੀ ਹੈ ਜਾਂ ਕਿੰਨੇ ਤੁਸੀਂ ਕਰ ਰਹੇ ਹੋ, ਕਿਸ ਤਰ੍ਹਾਂ ਪ੍ਰੋਗਰਾਮ ਹੈ ਸਾਰਾ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣਾ ਚੈਨਲ ਲੈ ਕੇ ਸਾਡੇ ਕੋਲ ਪਹੁੰਚੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਗੱਲ ਕੀਤੀ ਫਾਇਦਿਆਂ ਦੀ, ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਵੀ ਮੈਂ ਤਾਂ ਇਸ ਨੂੰ ਅੰਮ੍ਰਿਤ ਕਹਿ ਰਿਹਾ ਇਸ ਟਾਈਮ, ਵੀ ਹਰੇਕ ਬਿਮਾਰੀ 'ਤੇ ਕੰਮ ਕਰ ਰਹੀ ਹੈ ਇਹ। ਕੈਂਸਰ ਦੇ ਮਰੀਜ਼ ਸਾਡੇ ਕੋਲੋਂ ਲੋਕਡਾਊਨ ਤੋਂ ਪਹਿਲਾਂ ਬਹੁਤ ਆ ਰਹੇ ਸੀ, ਸਾਡੇ ਕੋਲ ਬਾਜਵਾ ਜੀ ਵੀ ਖੜ੍ਹੇ ਆ, ਇਹਨਾਂ ਦੀ ਵਾਈਫ ਨੂੰ ਕੈਂਸਰ ਸੀਗਾ ਅਤੇ ਕਾਫੀ ਉਹਨਾਂ ਨੂੰ ਵੀ ਰਾਹਤ ਮਿਲੀ ਆ। ਬਾਕੀ ਸ਼ੂਗਰ ਦੇ ਪੇਸ਼ੈਂਟ ਬਹੁਤ ਆਉਂਦੇ ਸੀ ਜਿਨ੍ਹਾਂ ਦੇ ਟੀਕੇ ਲੱਗਦੇ ਸੀ, ਉਹਨਾਂ ਦੇ ਵੀ ਟੀਕੇ ਇਹ ਵੀਟ ਗ੍ਰਾਸ ਨੇ ਛੁਡਾ ਦਿੱਤੇ ਸੀ। ਹਰੇਕ ਬਿਮਾਰੀ 'ਤੇ ਕੰਮ ਕਰਦੀ ਆ, ਬਹੁਤ ਜ਼ਿਆਦਾ ਇਹਦੇ ਵਿੱਚ ਗੁਣ ਆ, ਇਹਨਾਂ ਦੀ ਜੇ ਕਹੀਏ ਵੀ ਗੁਣਾਂ ਦੀ ਆਪਾਂ ਵਿਆਖਿਆ ਨਹੀਂ ਕਰ ਸਕਦੇ। ਇਹ ਹਰੇਕ ਇਨਸਾਨ ਨੂੰ ਵੀਟ ਗ੍ਰਾਸ ਲੈਣਾ ਚਾਹੀਦਾ ਇਸ ਜੋ ਮੌਕੇ ਦੇ ਹਾਲਾਤ ਆਪਾਂ ਚੱਲਦੇ ਪਏ ਆ। ਜਿੱਦਾਂ ਤੁਸੀਂ ਕਰੋਨਾ ਦੀ ਗੱਲ ਕੀਤੀ, ਜਦੋਂ ਆਪਣੀ ਇਮਿਊਨਿਟੀ ਸੈੱਟ ਹੋ ਗਈ ਤਾਂ ਸਾਰਾ ਕੁਝ ਹੀ ਓਕੇ ਆ, ਇਮਿਊਨਿਟੀ ਪਾਵਰ ਆਪਣੀ ਅੰਦਰ ਦੀ ਜਿੰਨੀ ਵੀ ਸਾਰੀ ਠੀਕ ਆ ਅਤੇ ਸਾਰਾ ਬਿਮਾਰੀਆਂ ਨੇ ਲੜਨ ਦੀ ਤਾਕਤ ਹੈ ਇਹਦੇ ਵਿੱਚ। ਇਸ ਕਰਕੇ ਵੀਟ ਗ੍ਰਾਸ ਲੰਗਰ ਅੱਜ ਤੋਂ ਅਸੀਂ ਸ਼ੁਰੂ ਕਰ ਦਿੱਤਾ। ਵੈਸੇ ਵੀ ਕਰੋਨਾ ਮਹਾਂਮਾਰੀ ਕਰਕੇ ਸਾਨੂੰ ਬੰਦ ਕਰਨਾ ਪਿਆ ਸੀਗਾ, ਅਤੇ ਵੈਸੇ ਵੀ ਇਹ ਵੀਟ ਗ੍ਰਾਸ ਮਾਰਚ, ਮਈ, ਜੂਨ, ਜੁਲਾਈ, ਅਗਸਤ ਦੇ ਵਿੱਚ ਨਹੀਂ ਹੁੰਦਾ, ਹੁਣ ਅਕਤੂਬਰ ਦਾ ਮਹੀਨਾ ਚੱਲ ਪਿਆ ਵਾ, ਵੀਟ ਗ੍ਰਾਸ ਸ਼ੁਰੂ ਹੋ ਗਿਆ ਵਾ, ਉਗਾਉਣਾ ਅਸੀਂ ਸ਼ੁਰੂ ਕਰ ਦਿੱਤਾ, ਬਹੁਤ ਵਧੀਆ ਉੱਗਿਆ, ਬਹੁਤ ਵਧੀਆ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ। ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਜਿੰਨੀ ਪਹਿਲਾਂ ਸੰਗਤ ਸਾਡੇ ਕੋਲ ਚੱਲਦੀ ਆ ਚੱਲ ਕੇ ਆ ਰਹੀ ਸੀ ਵੀਟ ਗ੍ਰਾਸ ਲੈਣ, ਉਹ ਆਪਣਾ ਨਾਂ ਪਤਾ ਦਿਖਾ ਕੇ ਜਾਣ, ਕਿਉਂਕਿ ਅਸੀਂ ਬੈਚ ਬਣਾ ਦਿੱਤੇ ਆ। ਪਹਿਲਾਂ ਤਾਂ ਸੰਗਤ ਸਾਡੇ ਕੋਲ ਬਹੁਤ ਆਉਂਦੀ ਸੀ, ਹੁਣ ਆਪਾਂ ਮਹਾਂਮਾਰੀ ਵੀ ਦੇਖਣੀ ਔਰ ਸਰਕਾਰ ਦੀਆਂ ਜੋ ਹਦਾਇਤਾਂ ਉਹਨਾਂ ਦੀ ਵੀ ਆਪਾਂ ਪਾਲਣਾ ਕਰਨੀ ਆ। ਮੇਰੀ ਸੰਗਤ ਨੂੰ ਬੇਨਤੀ ਆ ਵੀ ਮਾਸਕ ਪਾ ਕੇ ਆਉਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਸੈਨੀਟਾਈਜ਼ਰ ਅਸੀਂ ਟਰਮੀਨਲ ਬਣਾਇਆ, ਉਹ ਸੈਨੀਟਾਈਜ਼ਰ ਹੋ ਕੇ ਸਾਡੇ ਕੋਲੋਂ ਜੋ ਵੀ ਮਰੀਜ਼ ਅੰਦਰ ਆਏਗਾ ਅਤੇ ਫਿਰ ਹੀ ਬੀਟ ਗ੍ਰਾਸ ਲੈ ਸਕਦਾ। ਸਮਾਂ ਕੀ ਰੱਖਿਆ ਹੋਵੇ? ਸਮਾਂ ਜੀ 7 ਤੋਂ 8 ਵਜੇ ਤੱਕ, 1 ਘੰਟੇ ਦੇ ਵਿੱਚ ਵਿੱਚ ਅਸੀਂ ਇਹ ਬੀਟ ਗ੍ਰਾਸ ਦੇਵਾਂਗੇ, ਲੇਟ ਆਉਣ ਵਾਲੇ ਨੂੰ ਬੀਟ ਗ੍ਰਾਸ ਨਹੀਂ ਦਿੱਤਾ ਜਾਵੇਗਾ। ਧੰਨਵਾਦ।